ਪੰਜਾਬ ਦੀ ਮੈਟਰੋ ਸਿਟੀ ਲੁਧਿਆਣਾ ਦੇ ਪ੍ਰਮੁੱਖ ਉਦਯੋਗਪਤੀਆਂ ਦੀ ਸੰਸਥਾ ਲੁਧਿਆਣਾ ਸੰਸਕ੍ਰਿਤੀ ਸਮਾਗਮ ਵੱਲੋਂ ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਦੀ ਬੈਸਟ ਸੈਲਿੰਗ ਕਿਤਾਬ ਦ ਲੈਸਨ ਆਫ ਲਕਸ਼ਮੀ ਪ੍ਰਸਾਦ ਉੱਤੇ ਆਧਾਰਿਤ ਨਾਟਕ ਸਲਾਮ ਨੋਨੀ ਆਪ ਦਾ ਗੁਰੂ ਨਾਨਕ ਭਵਨ ਵਿਖੇ ਆਯੋਜਿਤ ਕੀਤਾ ਗਿਆ। ਇਸ ਨਾਟਕ ਚ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਨੇ ਇਹ ਸੰਦੇਸ਼ ਦਿੱਤਾ ਕਿ 60 ਸਾਲ ਦੀ ਉਮਰ ਤੋਂ ਬਾਅਦ ਜ਼ਿੰਦਗੀ ਖਤਮ ਨਹੀਂ ਹੁੰਦੀ, ਬਲਕਿ ਜਦ ਤੱਕ ਤੁਸੀਂ ਜ਼ਿੰਦਾ ਹੋ ਜ਼ਿੰਦਗੀ ਖੁੱਲ ਕੇ ਜਿਓ। ਲੁਧਿਆਣਾ ਯੋਗੇਸ਼ ਕਪੂਰ ਦੇ ਨਾਲ ਹਰਜੀਤ ਸਿੰਘ ਦੀ ਰਿਪੋਰਟ, ਚੈਨਲ 2।